ਤੇਜ਼ਾਬੀ ਟੋਟੇ ਹੁਣ ਤੱਕ ਪਾਕਿਸਤਾਨ ਨੂੰ ਅਸੀਂ ਜਿੰਨੀ ਇਮਦਾਦ ਦਿੱਤੀ ਇਹਦੇ ਨਾਲ ਤਾਂ ਦੋ ਦਰਜਨ ਮੁਸਮੀਆਂ ਆ ਜਾਂਦੀਆਂ ਨੇ। ਮੇਰੇ ਅੱਬੇ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਸਕਦਾ, ਮੇਰੀ ਮਾਂ ਦੇ ਨਵੇਂ ਗੋਡੇ ਪੈ ਸਕਦੇ ਆ, ਮੇਰੀ ਭੈਣ ਦਾ 3 ਵਾਰੀ ਵਿਆਹ ਹੋ ਸਕਦਾ। ਮੈਂ ਸਮਝਦਾ ਕਿ ਪਾਕਿਸਤਾਨ ਨੂੰ ਇੰਨੀ ਇਮਦਾਦ ਦੇ ਕੇ ਅਸੀਂ ਬੇਵਕੂਫੀ ਨਹੀਂ ਬਲਕਿ ਲਾਮ ਨੂਨ ਵੱਡੀ ਇਹ ਵਕੂਫੀ ਕੀਤੀ ਆ, ਤੇ ਜੇ ਬਦਲੇ 'ਚ ਕਦੀ ਕਦਾਂ ਅਸੀਂ ਡੂ ਮੋਰ ਦਾ ਕਹਿ ਦਈਏ ਤੇ ਮੋਰ ਦੀ ਬਜਾਏ ਸਾਨੂੰ ਹੋਰ ਕਹਾਣੀਆਂ ਸੁਣਾ ਕੇ ਉੱਲੂ ਬਣਾ ਜਾਂਦੇ ਆ। ਅਸੀਂ ਲੋਕਾਂ ਨੂੰ ਉਂਗਲੀਆਂ 'ਤੇ ਨਚਾਈਦਾ, ਉਹ ਸਾਡੇ ਠੁਮਕੇ ਲਵਾਈ ਜਾ ਰਹੇ। ਅਤੇ ਅਫਗਾਨਿਸਤਾਨ 'ਚ ਦਹਿਸ਼ਤਗਰਦਾਂ ਦੇ ਖਿਲਾਫ ਜੰਗ 'ਚ ਸਾਡੀ ਸਿਰਫ ਇੰਨੀ ਮਦਦ ਕੀਤੀ ਹੈ, ਆ ਜਿਵੇਂ ਸੜਕ ਪਾਰ ਕਰਾ ਕੇ ਕੋਈ ਅੰਨੇ ਦੀ ਕਰਦਾ। ਅਤੇ ਅੱਜ ਮੈਂ ਇਹ ਬਕਵਾਸ ਇਸ ਲਈ ਕਰ ਰਿਹਾ ਕਿ ਮੈਨੂੰ ਵੋਟ ਦੇਣ ਵਾਲੇ ਇਹ ਨਾ ਸਮਝਣ ਕਿ ਸਦਰ ਬਣਨ ਤੋਂ ਬਾਅਦ ਟਰੰਪ ਦੀ ਜ਼ਬਾਨ ਲੰਬੀ ਹੋਣ ਦੀ ਬਜਾਏ ਛੋਟੀ ਹੋ ਗਈ। ਮੈਨੂੰ ਪਤਾ ਇਸ ਬਿਆਨ ਦਾ ਪਾਕਿਸਤਾਨ 'ਤੇ ਤਾਂ ਕੋਈ ਅਸਰ ਨਹੀਂ ਹੋਣਾ, ਲੇਕਿਨ ਉਹਨਾਂ ਦੇ ਹਮਸਾਇਆਂ ਦੀ ਧੁਨੀ ਤੱਕ ਠੰਡ ਪੈ ਜਾਣੀ। ਤੇਜ਼ਾਬੀ ਟੋਟੇ।